ਉਹਨਾਂ ਨੇ ਜਦੋਂ ਮੈਨੂੰ ਵਧਾਈਆਂ ਦਿੱਤੀਆਂ ਕਿ ਤੇਰਾ ਗੀਤ ਰਿਕਾਰਡ ਹੋ ਗਿਆ ਕਿ ਧੂਰੀ ਦੇ ਵਿੱਚ ਇੰਨੇ ਕਲਾਕਾਰ ਹੋਣ ਮੇਰਾ ਗੀਤ ਲੁਧਿਆਣੇ ਦੇ ਕਲਾਕਾਰ ਰਿਕਾਰਡ ਕਰਾਉਣੇ ਜਿਸ ਦਾ ਸਰਲੇਖ ਸੀ ਅਧਿਆ ਇੱਕ ਹੋਰ ਮੰਗਾ ਦੇ ਤੂੰ ਇਹਨਾਂ ਗਾਇਕਾਂ ਦੇ ਮਗਰ ਢੇੜੇ ਕੱਢਣ ਲੱਗ ਗਿਆ ਉਸ ਦੀ ਸਭ ਤੋਂ ਪਹਿਲੀ ਕੈਸਟ ਦਾ ਸਭ ਤੋਂ ਪਹਿਲਾ ਗੀਤ ਮੇਰਾ ਲਿਖਿਆ ਹੋਇਆ ਸੀ ਇਹ ਕਹਿੰਦੇ ਹੁੰਦੇ ਸੀ ਕਹਿੰਦੇ ਤਾਂ ਇਹ ਤਾਂ ਮਰਾਸੀਆਂ ਦਾ ਕੰਮ ਹੈ ਮੈਂ ਕਾਫੀ ਹੱਦ ਤੱਕ ਗੀਤਕਾਰਾਂ ਨੂੰ ਵੀ ਦੋਸ਼ੀ ਮੰਨਦਾ ਉਸੇ ਭਾਵਨਾ ਨਾਲ ਤੁਸੀਂ ਗਾਉਨੇ ਹੋ ਕਰਮਜੀ ਧੂਰੀ ਨਾਲ ਮੇਰਾ ਪੂਰਾ ਰابطਾ ਰਿਹਾ ਉਹ ਮੇਰੇ ਵਧੀਆ ਮਿੱਤਰ ਸੀਗੇ ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਮੈਂ ਦਿਲਬਾਖ ਸਿੰਘ ਹੰਦਲ ਇੱਕ ਵਾਰੀ ਫੇਰ ਆ ਗਿਆ ਹਾਂ ਤੁਹਾਡੇ ਨਾਲ ਗੱਲਬਾਤਾਂ ਕਰਨ ਵਾਸਤੇ ਅੱਜ ਅਸੀਂ ਇੱਕ ਹੋਰ ਗੀਤਕਾਰ ਨੂੰ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਗੀਤਕਾਰੀ ਦੇ ਨਾਲ-ਨਾਲ ਉਹਨਾਂ ਨੇ ਹੋਰ ਸਾਇਧੀਆਂ ਕਈ ਵੰਗੀਆਂ ਰਚੀਆਂ ਕਈ ਕਿਤਾਬਾਂ ਵੀ ਆ ਉਹਨਾਂ ਦੀਆਂ ਸਾਂਝੇ ਤੌਰ ਦੇ ਉੱਤੇ ਆਈਆਂ ਕੁਝ ਕਿਤਾਬਾਂ ਉਹਨਾਂ ਦੀਆਂ ਕੱਲਿਆਂ ਦੀਆਂ ਵੀ ਆ ਉਹਨਾਂ ਦੇ ਕਿਹੜੇ-ਕਿਹੜੇ ਗੀਤ ਆਏ ਮਾਰਕੀਟ ਦੇ ਵਿੱਚ ਕਿਹੜੇ-ਕਿਹੜੇ ਗਾਇਕਾਂ ਨੇ ਗਾਏ ਇਹ ਸਾਰੀ ਜਾਣਕਾਰੀ ਉਹਨਾਂ ਕੋਲੋਂ ਲਵਾਂਗੇ ਉਹਨਾਂ ਦੇ ਗੀਤਕਾਰੀ ਦੇ ਸਫ਼ਰ ਦੇ ਬਾਰੇ ਜਾਣਾਂਗੇ ਸੋ ਮੇਰੀ ਮਰਾਦ ਮੂਲਚੰਦ ਸ਼ਰਮਾ ਜੀ ਸ਼ਰਮਾ ਜੀ ਸਾਡੇ ਚੈਨਲ ਤੇ ਬਹੁਤ-ਬਹੁਤ ਜੀ ਆਇਆਂ। ਧੰਨਵਾਦ ਜੀ 바ਵਾ ਰਿਕਾਰਡਸ ਦਾ ਜਿਹੜੇ ਮੇਰੇ ਵਰਗੇ ਨਿਮਾਣੇ ਤੇ ਭੁੱਲੇ ਵਿਸਰੇ ਗੀਤਕਾਰ ਨੂੰ ਨਿਵਾਜ਼ਨ ਵਾਸਤੇ ਵਿਸ਼ੇਸ਼ ਤੌਰ ਤੇ ਸਾਡੇ ਘਰ ਆਏ ਨੇ। ਦਲਵਕ ਸਿੰਘ ਹੁੰਦਲ ਜੀ ਭਾਵੇਂ WhatsApp ਰਾਹੀਂ ਤੇ Facebook ਰਾਹੀਂ ਕਾਫੀ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਨੇ। ਅੱਜ ਸਾਡੇ ਦਰਮਿਆں ਪਹੁੰਚੇ ਨੇ। ਮੈਂ ਆਪਣੇ ਵੱਲੋਂ ਪੰਜਾਬੀ ਸਹਿਸਵਾ ਧੂਰੀ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਸਵਾਗਤ ਕਰਦਾ ਹਾਂ ਧੰਨਵਾਦ ਸ਼ਰਮਾ ਜੀ ਸਾਨੂੰ ਉੱਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਅੱਜ ਕੱਲ ਫਰਕੀਰ ਜਿਵੇਂ ਆ ਮੈਂ ਬਤੌਰ ਸਰਕਾਰੀ ਸਕੂਲ ਅਧਿਆਪਕ 39 ਸਾਲ 5 ਮਹੀਨੇ ਨੌਕਰੀ ਕਰਨ ਤੋਂ ਬਾਅਦ ਸੇਵਾਮੁਕਤ ਹੋ ਚੁੱਕਾ ਅੱਜ ਕੱਲ ਮੇਰੇ ਰੁਝੇਵੇਂ ਸਿਰਫ ਲਿਖਣਾ ਤੇ ਪੜ੍ਹਨਾ ਹੀ ਹੈ ਔਰ ਮੈਂ ਕੋਈ ਘਰੇਲੂ ਕੰਮ ਨਹੀਂ ਕਰਦਾ ਬਿਲਕੁਲ ਵਿਹਲਾ ਹਾਂ ਜਾਨੀ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਪ੍ਰਚਾਰ ਲਈ ਤੁਸੀਂ ਤਤ ਪਰੋ ਤੁਸੀਂ ਘਰ ਵੱਲੋਂ ਫ੍ਰੀ ਹੋ ਬਿਲਕੁਲ ਕੀਰ ਜਿਹੜੇ ਉਹ ਕਦੋਂ ਰਚਣੇ ਸ਼ੁਰੂ ਕਰ ਦਿੱਤੇ ਸੀ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੀ ਮੈਂ ਹੁੰਦਲ ਸਾਹਿਬ ਪਹਿਲਾ ਗੀਤ ਨੌਵੀਂ ਚ ਪੜ੍ਹਦਿਆਂ 1969 ਦੇ ਵਿੱਚ ਲਿਖਿਆ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਪੁਰਬ ਮਨਾਇਆ ਜਾ ਰਿਹਾ ਹੈ 1969 ਦੇ ਵਿੱਚ 500 ਸਾਲਾ ਮਨਾਇਆ ਜਾ ਰਿਹਾ ਸੀ ਮੈਂ ਉਦੋਂ ਨੌਵੀਂ ਕਲਾਸ 'ਚ ਪੜਦਾ ਸੀ ਜਿਸ ਤਰ੍ਹਾਂ ਹੁਣ ਸਰਕਾਰ ਵੱਲੋਂ ਕਮੇਟੀ ਵੱਲੋਂ ਸਾਰਾ ਸਾਲ ਸਮਾਗਮ ਕੀਤੇ ਜਾ ਰਹੇ ਨੇ ਉਸ ਤਰ੍ਹਾਂ ਉਦੋਂ ਵੀ ਕੀਤੇ ਜਾ ਰਹੇ ਸੀ ਸਕੂਲਾਂ ਦੇ ਵਿੱਚ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੁਰਬ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀ ਪ੍ਰਾਰਥਨਾ ਸੁਭਾਵਾਂ ਦੇ ਵਿੱਚ ਹਰ ਰੋਜ਼ ਗੁਰੂ ਨਾਨਕ ਦੇਵ ਜੀ ਬਾਰੇ ਕੋਈ ਨਾ ਕੋਈ ਅਧਿਆਪਕ ਅਤੇ ਕੋਈ ਨਾ ਕੋਈ ਵਿਦਿਆਰਥੀ ਕੁਝ ਨਾ ਕੁਝ ਜ਼ਰੂਰ ਬੋਲਦਾ ਸੀ ਮੈਂ ਵੀ ਉਹਨਾਂ ਵਿਦਿਆਰਥੀਆਂ ਵਿੱਚੋਂ ਇੱਕ ਸੀ ਮੇਰੇ ਅਧਿਆਪਕ ਮੈਨੂੰ ਤਿਆਰ ਕਰਵਾ ਕੇ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਨਾ ਕੁਝ ਬੋਲਣ ਲਈ ਅਕਸਰ ਕਹਿੰਦੇ ਰਹਿੰਦੇ ਸੀ ਇੱਕ ਦਿਨ ਮੇਰੇ ਦਿਮਾਗ 'ਚ ਆਇਆ ਕਿ ਜਦੋਂ ਮੈਂ ਲੋਕਾਂ ਦੀਆਂ ਕਵਤਾਵਾਂ ਲੋਕਾਂ ਦੇ ਗੀਤ ਬੋਲਦਾ ਕਿਉਂ ਨਾ ਇੱਕ ਅੱਧਾ ਗੀਤ ਮੈਂ ਖੁਦ ਲਿਖਣ ਦੀ ਕੋਸ਼ਿਸ਼ ਕਰਾਂ ਹੁਣ 9ਵੀਂ ਚ ਪੜ੍ਹਦੇ ਵਿਦਿਆਰਥੀ ਦੀ ਰਚਨਾ ਕਿਹੋ ਜੀ ਹੋਊਗੀ ਇਹ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਰੰਤੂ ਮੇਰੀ ਉਸ ਰਚਨਾ ਨੂੰ ਅਧਿਆਪਕਾਂ ਨੇ ਸੋਧ ਕੇ ਮੇਰੇ ਵੱਲੋਂ ਪ੍ਰਯਾਰ ਦੇ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਬੁਲਾਇਆ ਜਿਹਦੇ ਨਾਲ ਮੇਰਾ ਬਹੁਤ ਹੌਸਲਾ ਵਧਿਆ ਉਸ ਤੋਂ ਬਾਅਦ ਚੱਲ ਸੋ ਚੱਲ ਤੇ ਉਹ ਜਿਹੜਾ ਗੀਤ ਉਸ ਵੇਲੇ ਤੁਸੀਂ 500 ਸਾਲੇ ਤੇ ਲਿਖਿਆ ਸੀ ਤੇ ਆਪਣੇ ਸਕੂਲ ਦੇ ਵਿੱਚ ਤੁਸੀਂ ਬੋਲਿਆ ਉਹ ਤੁਹਾਨੂੰ ਯਾਦ ਆ ਤੇ ਅੱਜ ਫਿਰ 550ਵੇਂ ਅਵਤਾਰ ਪੁਰਬ ਨੂੰ ਵੀ ਸਮਰਪਿਤ ਕਰੋ ਜੀ ਉਹ ਗੀਤਾਂ ਜੀ ਮੇਰੇ ਨਹੀਂ ਯਾਦ ਪਰੰਤੂ ਉਹਦੀ ਇੱਕ ਲਾਈਨ ਮੇਰੇ ਯਾਦ ਹੈ ਉਹ ਸੀ ਕਿ ਭੁੱਲ ਸਕਦੇ ਨਾ ਲੋਕੀ ਨਾਨਕੀ ਦੇ ਵੀਰ ਨੂੰ ਬਸ ਇੰਨੀ ਲਾਈਨ ਹੀ ਮੇਰੇ ਯਾਦ ਹੈ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਤੇ ਫਿਰ ਤੁਸੀਂ ਜਿਹੜੇ ਦੂਸਰੇ ਗੀਤ ਪੰਜਾਬੀ ਦੁਕਾਨੇ ਤੁਹਾਡੇ ਸੋਲੋ ਗੀਤ ਉਹ ਕਦੋਂਕ ਨਾਲ ਨਾਲ ਰਚਨਾ ਸ਼ੁਰੂ ਕੀਤੀ ਤੇ ਰਿਕਾਰਡਿੰਗ ਦਾ سلسلہ ਕਿਵੇਂ ਸ਼ੁਰੂ ਹੋਇਆ ਗੀਤ ਰਚਣ ਦੀ ਗੱਲ ਇਸ ਤਰ੍ਹਾਂ ਜੀ ਹੁੰਦਲ ਸਾਹਿਬ ਜਦੋਂ ਨਾ ਬੱਚੇ ਮੇਲਿਆਂ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਉਹਨਾਂ ਦੀ ਮੰਗ ਹੁੰਦੀ ਹੈ ਜਾਂ ਤਾਂ ਕੋਈ ਖਾਣ ਪੀਣ ਦੀ ਚੀਜ਼ ਖਰੀਦਣੀ ਤੇ ਜਾਂ ਕੋਈ ਖਡਾਉਣਾ ਖਰੀਦਣਾ ਪ੍ਰੰਤੂ ਮੈਂ ਜਦੋਂ ਮੇਲਿਆਂ ਤੇ ਜਾਂਦਾ ਹੁੰਦਾ ਸੀ ਤਾਂ ਮੇਰੀ ਪਹਿਲੀ ਡਿਮਾਂਡ ਇਹ ਹੁੰਦੀ ਸੀ ਵੀ ਉੱਥੋਂ ਕੋਈ ਕਿੱਸਾ ਖਰੀਦ ਕੇ ਲੈ ਕੇ ਆਵਾਂ ਜਿਹਨੂੰ ਅਸੀਂ ਉਦੋਂ ਚਿੱਠਾ ਕਹਿੰਦੇ ਹੁੰਦੇ ਸੀ ਜਿਹਦੇ ਵਿੱਚ ਪੁਰਾਣੇ ਕਿਸੇ ਵੀ ਹੁੰਦੇ ਸੀ ਗੀਤ ਕਵਤਾਵਾਂ ਵੀ ਹੁੰਦੀਆਂ ਸੀ ਉਹ ਖਰੀਦ ਕੇ ਲਿਆ ਕੇ ਮੈਂ ਘਰੇ ਪੜਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਗੀਤ ਲਿਖਨੇ ਤੇ ਹੌਲੀ-ਹੌਲੀ ਜਦੋਂ ਮੈਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਧਿਆਪਕ ਲੱਗ ਗਿਆ ਤਾਂ ਫਿਰ ਮੈਨੂੰ ਕਾਫੀ ਗੀਤਕਾਰੀ ਬਾਰੇ ਸੂਝ ਆਈ ਤਾਂ ਮੇਰਾ ਪਹਿਲਾ ਗੀਤ ਕੀ ਇਸ ਪ੍ਰਦੇਸੀ ਤੇ ਨਿਰਮਲ ਨਿਮੀ ਜੋ ਲੁਧਿਆਣੇ ਦੇ ਕਲਾਕਾਰ ਸੀ ਉਹਨਾਂ ਨੇ ਰਿਕਾਰਡ ਕਰਵਾਇਆ ਇਹ ਲਗਭਗ 1978 ਦੀ ਗੱਲ ਹੈ ਉਸ ਤੋਂ ਬਾਅਦ ਸਾਡੀ ਇੱਥੇ ਪੰਜਾਬੀ ਸਹਿਸਵਾ ਧੂਰੀ ਬਣਾਈ ਹੋਈ ਸੀ ਲੋਕ ਗਾਇਕ ਗੁਰਦਿਆਲ ਨਰਮਨ ਧੂਰੀ ਉਹਦੇ ਜਰਨਲਿਸਟ ਕਤਰ ਸੀਗੇ ਉਹਨਾਂ ਨੇ ਜਦੋਂ ਮੈਨੂੰ ਵਧਾਈਆਂ ਦਿੱਤੀਆਂ ਕਿ ਤੇਰਾ ਗੀਤ ਰਿਕਾਰਡ ਹੋ ਗਿਆ ਤੈਨੂੰ ਬਹੁਤ-ਬਹੁਤ ਵਧਾਈਆਂ ਮੈਂ ਉਹਨਾਂ ਨੂੰ ਇੱਕ ਤਰੀਕੇ ਨਾਲ ਮਿਹਣਾ ਦਿੱਤਾ ਕਿ ਧੂਰੀ ਦੇ ਵਿੱਚ ਇੰਨੇ ਕਲਾਕਾਰ ਹੋਣ ਮੇਰਾ ਗੀਤ ਲੁਧਿਆਣੇ ਦੇ ਕਲਾਕਾਰ ਰਿਕਾਰਡ ਕਰਾਉਣ ਇਹ ਤੁਹਾਡੇ ਵਾਸਤੇ ਸੰਗ ਦੀ ਗੱਲ ਹੈ ਤੁਹਾਨੂੰ ਕਰਾਉਣਾ ਚਾਹੀਦਾ ਤੇ ਫਿਰ ਉਹਨਾਂ ਨੇ ਇਸ ਗੱਲ ਤੋਂ ਮੇਰੀ ਗੱਲ ਤੋਂ ਪ੍ਰਭਾਵਿਤ ਹੋ ਕੇ ਮੇਰਾ ਇੱਕ ਗੀਤ ਰਿਕਾਰਡ ਕਰਵਾਇਆ ਜਿਸ ਦਾ ਸਰਲੇਖ ਸੀ ਅਧਿਆਇ ਇੱਕ ਹੋਰ ਮੰਗਾ ਦੇ ਅਧਿਆਇ ਇੱਕ ਹੋਰ ਮੰਗਾ ਦੇ ਤੁਹਾਡਾ ਗੀਤ ਅਜ ਵੀ ਲੋਕ ਜਿਹੜੇ ਉਹ ਸੁਣਦੇ ਆ ਉਸ ਗੀਤ ਨੂੰ ਹੋਰ ਵੀ ਕਈ ਕਲਾਕਾਰਾਂ ਨੇ ਆਪਣੀਆਂ ਆਵਾਜ਼ਾਂ ਦੇ ਵਿੱਚ ਗਾਇਆ ਉਹਦੇ ਵਿੱਚ ਜ਼ਿਕਰ ਆਉਂਦਾ ਜੀ ਰਾਂਚਣਾ ਵਾਲਾ ਉਹ ਰਾਂਚਣਾ ਪਿੰਡ ਫਿਰ ਕਿੱਥੇ ਗਿਆ ਹੈ ਦਰਸ਼ਕਾਂ ਨੂੰ ਦੱਸ ਦਿਓ ਜੀ ਹਾਂ ਜੀ ਉਹੋ ਗੀਤ ਜੀ ਉਹਨਾਂ ਸਮਿਆਂ ਦੇ ਵਿੱਚ ਤਬਿਆਂ ਦੇ ਰਿਕਾਰਡ ਹੁੰਦੇ ਹੁੰਦੇ ਸੀ ਐਚ ਐਮ ਬੀ ਕੰਪਨੀ ਹੁੰਦੀ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਮਸ਼ਹੂਰ ਕੰਪਨੀ ਸੀ ਐਚ ਐਮ ਬੀ ਉਹਦੇ ਚੋਂ ਰਿਕਾਰਡ ਹੋਇਆ ਸੀ ਤੇ ਉਹ ਜਿਹੜਾ ਤੁਸੀਂ ਕਹਿੰਦੇ ਹੋ ਹੋਰ ਕਲਾਕਾਰਾਂ ਨੇ ਗਾਇਆ ਉਹ ਕਲਾਕਾਰਾਂ ਨੇ ਮੈਤੋਂ ਹੀ ਇਜਾਜ਼ਤ ਲੈ ਕੇ ਮੇਰੇ ਨਾਂ 'ਤੇ ਰਿਕਾਰਡ ਕਰਵਾਇਆ ਸੀ ਜਿਨ੍ਹਾਂ ਦੇ ਵਿੱਚ ਬਲਵਿੰਦਰ ਬੱbbi ਤੇ ਮਿਸ ਪੂਜਾ ਨੇ ਵਿਸ਼ੇਸ਼ ਤੌਰ ਤੇ ਉਸ ਗੀਤ ਨੂੰ ਕੈਸਟਾਂ ਦੇ ਵਿੱਚ ਰਿਕਾਰਡ ਕਰਾ ਕੇ ਮਾਰਕੀਟ 'ਚ ਭੇਜਿਆ ਜਿਹੜਾ ਬਾਅਦ 'ਚ ਵੀ ਬਹੁਤ ਪ੍ਰਚਲਿਤ ਹੋਇਆ ਦੂਸਰੀ ਗੱਲ ਰਾਂਚਣਾ ਵਾਲਾ ਦੀ ਮੇਰੇ ਪਿੰਡ ਦਾ ਨਾਂ ਰਾਂਚਣਾ ਹੈ ਜੀ ਉਹ ਇੱਥੋਂ ਧੂਰੀ ਤੋਂ ਲਗਭਗ 9 ਕਿਲੋਮੀਟਰ ਮਲੇਰ ਕੋਲਾ ਰੋਡ ਤੇ ਹੈ ਸਾਡਾ ਬਹੁਤ ਹੀ ਖੁੱਲਾ ਡੁੱਲਾ ਤੇ ਨਕਸ਼ੇ ਤੇ ਬਣਿਆ ਹੋਇਆ ਪਿੰਡ ਹੈ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਸ਼ਹਿਰ ਲੈਲਪੁਰ ਹੈ ਉਸ ਦੇ ਨਕਸ਼ੇ ਤੇ ਬਣਿਆ ਹੋਇਆ ਉਹ ਪਿੰਡ ਹੈ ਮਹਾਰਾਜਾ ਪਟਿਆਲਾ ਨੇ ਉਸ ਵੇਲੇ ਉਹ ਨਕਸ਼ਾ ਮੰਗਾ ਕੇ ਪਿੰਡ ਬਸਾਇਆ ਸੀ ਮੈਂ ਆਪਣੇ ਲਗਭਗ ਹਰ ਗੀਜ ਦੇ ਵਿੱਚ ਮੇਰਾ ਆਪਣਾ ਨਾਮ ਆਵੇ ਚਾਹੇ ਨਾ ਆਵੇ ਮੈਂ ਆਪਣੇ ਪਿੰਡ ਦਾ ਨਾਂ ਜ਼ਰੂਰ ਜ਼ਿਕਰ ਕਰਦਾ ਹਾਂ ਮੈਨੂੰ ਆਪਣੇ ਪਿੰਡ ਨਾਲ ਇੰਨਾ ਪਿਆਰ ਹੈ ਜਿਵੇਂ ਕਿ ਆਮ ਕਰਕੇ ਮੁਲਾਜ਼ਮ ਸ਼ਹਿਰਾਂ ਨੂੰ ਭੱਜ ਲੈਂਦੇ ਨੇ ਜਾਂ ਬਾਹਰਲੇ ਦੇਸ਼ਾਂ ਨੂੰ ਭੱਜ ਰਹਿੰਦੇ ਨੇ ਮੇਰੀ ਇਹ ਪਹਿਲੇ ਦਿਨੋਂ ਧਾਰਨਾ ਵੀ ਮੈਂ ਆਪਣੇ ਪਿੰਡ ਨੂੰ ਇੰਨਾ ਪਿਆਰ ਕਰਦਾ ਵੀ ਮੈਂ ਆਪਣਾ ਆਖਰੀ ਸਾਹ ਤੱਕ ਆਪਣੇ ਪਿੰਡ ਨਾਲ ਜੁੜਿਆ ਰਹੂੰਗਾ ਇਹ ਸਭ ਤੋਂ ਜਿਹੜਾ ਅਹਿਮ ਸਵਾਲ ਇੱਕ ਅਸੀਂ ਤੁਹਾਤੋਂ ਪੁੱਛਣਾ ਚਾਹਾਂਗੇ ਜੀ ਤੁਸੀਂ ਆਪਣੇ ਪਰਿਵਾਰ ਅਤੇ ਆਪਣੇ ਪਿਛੋਕੜ ਤੇ ਬਚਪਨ ਬਾਰੇ ਵੀ ਸਾਨੂੰ ਜਰੂਰ ਚੰਨਣਾ ਪਾਓ ਜੀ ਮੇਰਾ ਬਚਪਨ ਜਿਵੇਂ ਮੈਂ ਪਹਿਲਾਂ ਦੱਸਿਆ ਪਿੰਡ ਰਾਂਚਣਾ ਤਹਿਸੀਲ ਧੂਰੀ ਜਿਲ੍ਹਾ ਸੰਗਰੂਰ ਦੇ ਵਿੱਚ ਬੀਤਿਆ ਮੈਂ ਸਾਡੇ ਗਵਾਂਢੀ ਪਿੰਡ ਪਸੌੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਪਾਸ ਕਰਕੇ ਨਾਬੇ ਤੋਂ ਆਰਟ ਐਂਡ ਕிராਫਟ ਦਾ ਡਿਪਲੋਮਾ ਪਾਸ ਕਰਕੇ ਬਤੌਰ ਆਰਟ ਐਂਡ ਕிராਫਟ ਟੀਚਰ ਜਿਹਨੂੰ ਆਮ ਲੋਕ ਡਰਾਇੰਗ ਮਾਸਟਰ ਕਹਿੰਦੇ ਨੇ ਉਸ ਦੇ ਤੌਰ ਤੇ ਨਿਯੁਕਤ ਹੋਇਆ ਤੇ ਇਹ ਮੇਰੇ ਵਾਸਤੇ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਜਿਸ ਪਸੌੜ ਪਿੰਡ ਦੇ ਸਕੂਲ ਚ ਮੈਂ ਪੜ੍ਹਿਆ ਸੀ ਉਸੇ ਸਕੂਲ ਦੇ ਵਿੱਚੋਂ ਮੈਂ 2013 ਦੇ ਵਿੱਚ ਰਿਟਾਇਰ ਹੋਇਆ ਇਹ ਮੇਰੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਜੇ ਸਕੂਲ ਦੇ ਵਿੱਚ ਤੁਸੀਂ ਆਪ ਪੜ੍ਹੇ ਹੋਵੋ ਉਸੇ ਸਕੂਲ ਦੇ ਵਿੱਚ ਪੜਾਉਣ ਦਾ ਮੌਕਾ ਮਿਲੇ ਇਹ ਬਹੁਤ ਅੱਛੀ ਗੱਲ ਮੈਂ ਸਮਝਦਾ ਜਿੱਥੋਂ ਤੱਕ ਪਰਿਵਾਰ ਦੀ ਗੱਲ ਹੈ ਮੇਰੇ ਮਾਤਾ ਪਿਤਾ ਸਵਰਗ ਸਦਾਰ ਚੁੱਕੇ ਨੇ ਹੁਣ ਮੇਰੇ ਪਰਿਵਾਰ ਦੇ ਵਿੱਚ ਮੇਰੀਆਂ ਤਿੰਨ ਭੈਣਾਂ ਜੋ ਵਿਆਹੀਆਂ ਹੋਈਆਂ ਹਨ ਮੈਂ ਇਕੱਲਾ ਹੀ ਭਰਾ ਹਾਂ ਮੇਰੀ ਧਰਮ ਪਤਨੀ ਸਰਬਜੀਤ ਕੌਰ ਮੇਰੇ ਤਿੰਨ ਬੱਚੇ ਜਿਨ੍ਹਾਂ ਦੇ ਵਿੱਚੋਂ ਇੱਕ ਬੇਟਾ ਹੈ ਜਗਮੀਤ ਸ਼ਰਮਾ ਦੋ ਬੇਟੀਆਂ ਹਨ ਖੁਸ਼ਮੀਤ ਸ਼ਰਮਾ ਤੇ ਜਸਮੀਤ ਸ਼ਰਮਾ ਤਿੰਨੇ ਨੌਕਰੀ ਕਰਦੇ ਹਨ ਤਿੰਨੇ ਵਿਆਹੇ ਹੋਏ ਹਨ ਮੈਂ ਸਾਰੀਆਂ ਕਬੀਲਦਾਰੀਆਂ ਤੋਂ ਫਾਰਗ ਹਾਂ ਸ਼ਰਮਾ ਜੀ ਜਦੋਂ ਗੀਤ ਰਚਨੇ ਸ਼ੁਰੂ ਕਰ ਦਿੱਤੇ ਬਹੁਤ ਵਾਰੀ ਜਿਹੜਾ ਬੰਦਾ ਇਸ ਲਾਈਨ ਦੇ ਵਿੱਚ ਆਉਂਦਾ ਇਸ ਖੇਤਰ ਦੇ ਵਿੱਚ ਆਉਂਦਾ ਉਹਦਾ ਪਰਿਵਾਰ ਵੱਲੋਂ ਵਿਰੋਧ ਵੀ ਹੁੰਦਾ ਤੁਹਾਡੇ ਮਾਤਾ ਪਿਤਾ ਜੀ ਨੇ ਜਾਂ ਕਿਸੇ ਹੋਰ ਪਰਿਵਾਰ ਦੇ ਮੈਂਬਰ ਨੇ ਕਦੀ ਵਿਰੋਧ ਕੀਤਾ ਵੀ ਇਹ ਕਿਹੜਾ ਕੰਮ ਫੜ ਲਿਆ ਜਾਂ ਕਿਵੇਂ ਤੂੰ ਇਹਨਾਂ ਗਾਇਕਾਂ ਦੇ ਮਗਰ ਗੇੜੇ ਕੱਢਣ ਲੱਗ ਗਿਆ ਕੋਈ ਇਦਾਂ ਦਾ ਸਵੱਬ ਬਣਿਆ ਬਿਲਕੁਲ ਬਣਿਆ ਜੀ ਮੇਰੇ ਮਾਤਾ ਪਿਤਾ ਅਣਪੜ੍ਹ ਸੀਗੇ ਜੀ ਤੇ ਉਹ ਇਸ ਗੱਲ ਦਾ ਵਿਰੋਧ ਕਰਦੇ ਸੀ ਉਹ ਵਿਰੋਧ ਇਸ ਕਰਕੇ ਕਰਦੇ ਸੀ ਵੀ ਇਹ ਮਤਲ ਕਿਤੇ ਨੂੰ ਉਸ ਟਾਈਮ ਬਹੁਤਾ ਵਧੀਆ ਨਹੀਂ ਸੀ ਗਿਣਾ ਜਾਂਦਾ ਅੱਜ ਕੱਲ ਤਾਂ ਇਹਨੂੰ ਕਲਾਕਾਰੀ ਲੈਨ ਕਹਿੰਦੇ ਨੇ ਉਦੋਂ ਕਲਾਕਾਰੀ ਲੈਨ ਨਹੀਂ ਸੀ ਕਹਿੰਦੇ ਮੇਰੇ ਪਿਤਾ ਜੀ ਤਾਂ ਇਹ ਕਹਿੰਦੇ ਹੁੰਦੇ ਸੀ ਕਹਿੰਦੇ ਤਾਂ ਇਹ ਤਾਂ ਮਰਾਸੀਆਂ ਦਾ ਕੰਮ ਹੈ ਤੇ ਪ੍ਰੰਤੂ ਜਦੋਂ ਇਹ ਮੇਰਾ ਗੀਤ ਰਿਕਾਰਡ ਹੋਇਆ ਆ ਦੀਆ ਇੱਕ ਹੋਰ ਮੰਗਾ ਦੇ ਇਹ ਦੇਖਣ ਨੂੰ ਹੈਡਿੰਗ ਤੋਂ ਲੱਗਦਾ ਵੀ ਜਿਵੇਂ ਨਸ਼ਿਆਂ ਬਾਰੇ ਹੈ ਪ੍ਰੰਤੂ ਇਹ ਨਸ਼ਿਆਂ ਦੇ ਖਿਲਾਫ ਗੀਤ ਹੈ ਇਹ ਗੀਤ ਇੰਨਾ ਪ੍ਰਚਲਿਤ ਹੋਇਆ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਕਿਉਂ ਮਨਿਸਟਰ ਪਾਰਟੀਆਂ ਪਿੰਡਾਂ ਦੇ ਵਿੱਚ ਡਰਾਮੇ ਕਰਦੀਆਂ ਹੁੰਦੀਆਂ ਸੀ ਉਹ ਕਮਿਊਨਿਸਟ ਪਾਰਟੀਆਂ ਡਰਾਮਿਆਂ ਦੇ ਵਿੱਚ ਇਸ ਗੀਤ ਨੂੰ ਵਿਸ਼ੇਸ਼ ਤੌਰ ਤੇ ਗਾਉਂਦੀਆਂ ਹੁੰਦੀਆਂ ਸੀ ਫਿਰ ਜਦੋਂ ਮੇਰੇ ਪਿਤਾ ਜੀ ਨੇ ਇਸ ਗੀਤ ਨੂੰ ਕਮਿਊਨਿਸਟਾਂ ਤੋਂ ਸੁਣਿਆ ਤਾਂ ਉਹਨਾਂ ਨੇ ਮੈਨੂੰ ਫਿਰ ਰੋਕਿਆ ਨੇ ਉਹਨਾਂ ਨੇ ਕਿਹਾ ਵੀ ਵਧੀਆ ਲਿਖ ਫਿਰ ਚੰਗੀ ਗੱਲ ਇਹ ਵੀ ਇੱਕ ਬਹੁਤ ਵਧੀਆ ਗੱਲ ਤੁਹਾਡੇ ਲਈ ਕਿ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਅਸ਼ੀਰਵਾਦ ਦਿੱਤਾ ਤੇ ਤੁਸੀਂ ਆਪਣੇ ਹੋਰ ਹੌਸਲੇ ਦੇ ਨਾਲ ਹਿੰਮਤ ਦੇ ਨਾਲ ਵਧੀਆ ਲਿਖ ਕੇ ਮਾਰਕੀਟ ਦੇ ਵਿੱਚ ਆਉਣ ਲਈ ਤਤ ਪਰ ਰਹੇ ਯਤਨ ਕਰਦੇ ਰਹੇ ਤੇ ਫਿਰ ਇਹ ਗੀਤ ਤੁਹਾਡਾ ਪਹਿਲਾ ਰਿਕਾਰਡ ਹੋਇਆ ਤੇ ਇਸ ਤੋਂ ਬਾਅਦ ਕਿਹੜੇ ਕਿਹੜੇ ਗੀਤ ਹਨ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਏ ਇਸ ਤੋਂ ਬਾਅਦ ਤਿੰਨ ਗੀਤ ਮੇਰੇ ਗੁਰਦਿਆਲ ਨਰਮਨ ਧੂਰੀ ਤੇ ਹਰਵਿੰਦਰ ਬੀਬਾ ਨੇ ਗੁਰਦਿਆਲ ਨਰਮਨ ਧੂਰੀ ਤੇ ਬੀਬਾ ਜਸਵੰਤ ਕੌਰ ਨੇ ਤੇ ਗੁਰਦਿਆਲ ਨਰਮਨ ਜੀ ਨੇ ਸੋਲੋ ਵੀ ਰਿਕਾਰਡ ਕਰਵਾਏ ਉਸ ਤੋਂ ਬਾਅਦ ਗੁਰਦਿਆਲ ਨਰਮਨ ਧੂਰੀ ਦਾ ਬੇਟਾ ਲਵਲੀ ਨਰਮਨ ਧੂਰੀ ਜਦੋਂ ਮਾਰਕੀਟ 'ਚ ਆਇਆ ਤਾਂ ਉਸ ਉਸਲੀ ਸਭ ਤੋਂ ਪਹਿਲੀ ਕੈਸਟ ਦਾ ਸਭ ਤੋਂ ਪਹਿਲਾ ਗੀਤ ਮੇਰਾ ਲਿਖਿਆ ਹੋਇਆ ਸੀ ਟਾਈਟਲ Song ਸੀ ਕੈਸਟ ਦਾ ਨਾਂ ਸੀ ਹਾਨਦੀਏ ਮੁਟਿਆਰੇ ਉਹ ਗੀਤ ਬਹੁਤ ਪਾਪੂਲਰ ਹੋਇਆ ਉਹਨੇ लवली ਨਿਰਮਾਨ ਨੂੰ ਤਾਂ ਕਲਾਕਾਰ ਬਣਾਏ ਬਣਾਇਆ ਮੇਰੀ ਗੀਤਕਾਰੀ ਨੂੰ ਵੀ ਪੱਕੇ ਪੈਰੇ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਦੂਸਰੀ ਕੈਸਟ ਆਈ ਇੱਕ ਹੋਰ ਔੜਾਂਬਾ ਉਹਦੇ ਵਿੱਚ ਮੇਰੇ ਤਿੰਨ ਗੀਤ ਸੀਗੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਕੈਸਟ ਆਈ ਤੇਰੀ ਮੰਗਤੀ ਮਸੂਕ ਮਸ਼ੂਕ ਚੰਡੀਗੜ੍ਹ ਮਿੱਤਰਾ ਉਹਦੇ ਵਿੱਚ ਮੇਰੇ ਦੋ ਗੀਤ ਸੀ ਉਸ ਤੋਂ ਬਾਅਦ ਇੱਕ ਕਰਨੈਲ ਮਾਨੋਗਰਾਹਾਂ ਵਾਲੇ ਤੇ ਬੀਬਾ ਅਨੀਤਾ ਸਮਾਣਾ ਨੇ ਮੇਰਾ ਡਿਊਟ ਗੀਤ ਰਿਕਾਰਡ ਕਰਵਾਇਆ ਤੇ ਇੱਕ ਸਾਡੇ ਸੰਗਰੂਰ ਦੇ ਕਲਾਕਾਰ ਨੇ ਗੁਰਮੀਤ ਪ੍ਰੇਮੀ ਉਹਨਾਂ ਨੇ ਦੋ ਮੇਰੇ ਗੀਤ ਸੋਲੋ ਰਿਕਾਰਡ ਕਰਵਾਏ ਮੇਰੇ ਪਿੰਡ ਦਾ ਹੀ ਇੱਕ ਕਲਾਕਾਰ ਹੈ ਬਲਜੀਤ ਬੱਲੀ ਉਸ ਨੇ ਮੇਰੇ ਚਾਰ ਗੀਤ ਰਿਕਾਰਡ ਕਰਵਾਏ ਇੱਕ ਸਾਡੇ ਗਵਾਂਢੀ ਪਿੰਡ ਲੱਛਾਵਦੀ ਤੋਂ ਹੈ ترਸੀਮ ਸੇਮੀ ਉਸਨੇ ਮੇਰੇ ਤਿੰਨ ਗੀਤ ਰਿਕਾਰਡ ਕਰਵਾਏ ਇਸ ਤਰ੍ਹਾਂ ਬਹੁਤ ਸਾਰੇ ਨਵੇਂ ਪੁਰਾਣੇ ਕਲਾਕਾਰਾਂ ਨੇ ਮੈਨੂੰ ਅਕਸਰ ਗਾਇਆ ਆ ਹੁਣੇ-ਹੁਣੇ ਮਾਰਕੀਟ ਦੇ ਵਿੱਚ ਇੱਕ ਮੇਰਾ ਗੀਤ ਆਇਆ ਦੀਪੀ ਰਿਜ ਵੱਲੋਂ ਜੋ ਕਿ ਜੀਰਖਪੁਰ ਦੀ ਲੜਕੀ ਹੈ ਉਸਨੇ ਗੀਤ ਮੇਰਾ ਰਿਕਾਰਡ ਕਰਵਾਇਆ ਹੈ ਹੁਣੇ-ਹੁਣੇ ਇੱਕ ਮਨੀ ਮਨਿੰਦਰਜੀਤ ਸਿੰਘ ਮਨੀ ਸਾਡੇ ਧੂਰੀ ਦਾ ਕਲਾਕਾਰ ਹੈ ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਉੱਤੇ ਮੇਰਾ ਲਿਖਿਆ ਹੋਇਆ ਗੀਤ ਰਿਕਾਰਡ ਕਰਵਾ ਰਿਹਾ ਹਾਂ। ਕੁੱਲ ਗਿਣਤੀ ਹੈ ਗੀਤਾਂ ਦੀ ਉਹ ਕਿੰਨੀ ਕਾ ਜੀ? ਮੇਰੇ ਹੁਣ ਤੱਕ 32 ਗੀਤ ਰਿਕਾਰਡ ਹੋ ਚੁੱਕੇ ਨੇ ਜੀ। ਦੋ ਤਿੰਨ ਗੀਤ ਹੁਣ ਰਿਕਾਰਡ ਵਾਸਤੇ ਤਿਆਰ ਨੇ। ਤੁਹਾਡੇ ਜ਼ਮਾਨੇ ਦੇ ਵਿੱਚ ਜਦੋਂ ਤੁਹਾਡੀ ਸ਼ੁਰੂਆਤ ਹੋਈ ਉਦੋਂ ਰਾਇਲਟੀ ਦਾ ਜ਼ਮਾਨਾ ਸੀਗਾ। ਤੁਸੀਂ ਦੱਸੋ ਵੀ ਤੁਹਾਨੂੰ ਰਾਇਲਟੀ ਕੰਪਨੀ ਵੱਲੋਂ ਮਿਲਦੀ ਰਹੀ ਤੇ ਉਸ ਤੋਂ ਬਾਅਦ ਜਿਹੜੀਆਂ ਕੰਪਨੀਆਂ ਚ ਗੀਤ ਆਏ ਉਹਨਾਂ ਵੱਲੋਂ ਕਿਵੇਂ ਦਾ ਤੁਹਾਡੇ ਨਾਲ ਤੁਹਾਡਾ ਮਿਹਨਤਾਂ ਦਾ ਨੂੰ ਲੈ ਕੇ ਜਿਹੜਾ ਉਹ ਲੈਂਡ ਦੇਣ ਰਿਹਾ ਜਿਹੜੇ ਸਮਿਆਂ ਚ ਅਸੀਂ ਲਿਖਣਾ ਸ਼ੁਰੂ ਕੀਤਾ ਸੀ ਉਦੋਂ ਐਚ ਐਮ ਬੀ ਕੰਪਨੀ ਗੀਤਕਾਰ ਨੂੰ 2.5% ਤੇ ਕਲਾਕਾਰ ਨੂੰ 5% ਰਾਇਲਟੀ ਦਿੰਦੀ ਹੁੰਦੀ ਸੀ ਸੇਲ ਦੇ ਮੁਤਾਬਕ ਤੇ ਉਹਨਾਂ ਦਾ ਸਿਸਟਮ ਇਹ ਵੀ ਬਹੁਤ ਵਧੀਆ ਸੀ ਕਿ ਉਹ ਰਾਇਲਟੀ ਮਨੀ ਆਰਡਰ ਆਹੀਂ ਤੁਹਾਡੇ ਘਰ ਭੇਜਦੇ ਸੀ ਜਿਹੜਾ ਤੁਹਾਡਾ ਤਵਾ ਰਿਕਾਰਡ ਹੁੰਦਾ ਸੀ ਉਹ ਪਾਰਸਲ ਕਰਕੇ ਤੁਹਾਡੇ ਘਰ ਤਵਾ ਵੀ ਭੇਜਦੇ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਬੜਾ ਮਾਣ ਹੁੰਦਾ ਸੀ ਕਲਾਕਾਰ ਨੂੰ ਤੇ ਗੀਤਕਾਰ ਨੂੰ ਕਿ ਮੇਰੀ ਕਲਾਕਾਰੀ ਦਾ ਮੇਰੀ ਗੀਤਕਾਰੀ ਦਾ ਮੁੱਲ ਪਿਆ। ਤੇ ਇੱਕ ਵਾਰੀ ਉਹ ਰੈਲਟੀ ਭੇਜ ਕੇ ਬਾਅਦ ਚ ਦੁਬਾਰੇ ਵੀ ਭੇਜਦੇ ਰਹਿੰਦੇ ਤੇ ਜਿਉਂ-ਜਿਉਂ ਸੇਲ ਹੋਈ ਜਾਂਦੀ ਦੀ ਸਪਲੀਮੈਂਟ ਮਤਲਬ ਕਿਸ਼ਤਾਂ ਦੇ ਵਿੱਚੋਂ ਰੈਲਟੀਆਂ ਭੇਜਦੇ ਹੁੰਦੇ ਸੀ। ਤੇ ਉਦੋਂ ਬਾਅਦ ਜਿਹੜੀ ਤੁਸੀਂ ਹੁਣ ਬਾਅਦ ਦੇ ਜ਼ਮਾਨੇ ਦੀ ਗੱਲ ਕਰਦੇ ਹੋ ਉਹ ਉਹ ਵੀ ਬਿਲਕੁਲ ਸਹੀ ਹੈ। ਕੰਪਨੀਆਂ ਜ਼ਿਆਦਾ ਹੋ ਗਈਆਂ ਕਲਾਕਾਰ ਜ਼ਿਆਦਾ ਹੋ ਗਏ ਗੀਤਕਾਰ ਜ਼ਿਆਦਾ ਹੋ ਗਏ ਉਹਦੇ ਵਿੱਚ ਮੈਂ ਕਾਫੀ ਹੱਦ ਤੱਕ ਗੀਤਕਾਰਾਂ ਨੂੰ ਵੀ ਦੋਸ਼ੀ ਮੰਨਦਾ ਜਿਹੜੇ ਆਪ ਕਾਪੀਆਂ ਚਾੱਕ ਕੇ ਕਲਾਕਾਰਾਂ ਕੋਲੇ ਜਾਂਦੇ ਨੇ ਤੇ ਆਪ ਆਫਰਾਂ ਕਰਦੇ ਨੇ ਕਿ ਸਾਤੋਂ ਪੈਸੇ ਲੈ ਲਓ ਸਾਡੀ ਰਿਕਾਰਡਿੰਗ ਕਰਾਓ ਤੇ ਜਦੋਂ ਕਲਾਕਾਰਾਂ ਨੂੰ ਗੀਤ ਦੇ ਨਾਲ ਨਾਲ ਪੈਸੇ ਵੀ ਮਿਲਣਗੇ ਫਿਰ ਉਹ ਸਾਡੇ ਵਰਗੇ ਕਲਾਕਾਰਾਂ ਸਾਡੇ ਵਰਗੇ ਗੀਤਕਾਰਾਂ ਕੋਲੋਂ ਗੀਤ ਕਿਉਂ ਲੈਣਗੇ ਤੇ ਇਸੇ ਕਰਕੇ ਫਿਰ ਬਾਅਦ ਝੋੜਾਂਬੇ ਦਿੱਤੇ ਜਾਂਦੇ ਨੇ ਤੁਸੀਂ ਆਪਣੀ ਕਦਰ ਆਪ ਪਵਾ ਸਕਦੇ ਹੋ ਮੇਰਾ ਜਿਵੇਂ ਹੁਣ ਆਪਾਂ ਗੱਲ ਕੀਤੀ ਹੈ ਮੈਨੂੰ 50 ਸਾਲ ਹੋ ਗਏ ਲਿਖਦੇ ਨੂੰ ਜੇ ਮੈਂ ਲੋਕਾਂ ਵਾਂਗੂ ਰਿਕਾਰਡਿੰਗ ਕਰਾਉਣੀ ਹੁੰਦੀ ਤਾਂ 50 ਸਾਲਾਂ 'ਚ ਹਜ਼ਾਰਾਂ ਗੀਤ ਨਹੀਂ ਸੈਂਕੜੇ ਗੀਤ ਰਿਕਾਰਡ ਹੋ ਸਕਦੇ ਸੀ ਮੇਰੇ ਗੀਤ ਘੱਟ ਹੋਣ ਦਾ ਕਾਰਨ ਇਹੀ ਹੈ ਵੀ ਮੈਂ ਅਜੇ ਤੱਕ ਕਿਸੇ ਵੀ ਕਲਾਕਾਰ ਕੋਲੇ ਆਪ ਨਹੀਂ ਚੱਲ ਕੇ ਗਿਆ ਇਹ ਸਾਡੇ ਧੂਰੀ ਦੇ ਜਿਹੜੇ ਕਲਾਕਾਰ ਸੀ ਨਾ ਉਹ ਸਾਡਾ ਭਾਈ ਪ੍ਰਪਣ ਸੀ ਅਸੀਂ ਇਕੱਠੇ ਬੈਠਦੇ ਉੱਠਦੇ ਸੀ ਜਦੋਂ ਸਾਡਾ ਨਾਂ ਬਣ ਗਿਆ ਉਸ ਤੋਂ ਬਾਅਦ ਕਲਾਕਾਰ ਜਿੰਨੇ ਆਉਂਦੇ ਰਹੇ ਨੇ ਮੇਰੇ ਘਰ ਆ ਕੇ ਗੀਤ ਲੈ ਕੇ ਜਾਂਦੇ ਰਹੇ ਨੇ ਮੈਂ ਨਾਲੇ ਸ਼ਰਤ ਰੱਖਦਾ ਰਿਹਾ ਕਿ ਮੇਰੇ ਗੀਤ ਦੀ ਤਿਆਰੀ ਕਰਨ ਤੋਂ ਬਾਅਦ ਰਿਕਾਰਡਿੰਗ ਕਰਾਉਣ ਤੋਂ ਪਹਿਲਾਂ ਮੈਨੂੰ ਸੁਣਾਉਣਾ ਪਊਗਾ ਵੀ ਕੀ ਤੁਸੀਂ ਮੇਰੇ ਗੀਤ ਨਾਲ ਇਨਸਾਫ਼ ਕੀਤਾ ਕੀ ਜਿਸ ਭਾਵਨਾ ਨਾਲ ਮੈਂ ਗੀਤ ਨੂੰ ਲਿਖਿਆ ਉਸੇ ਭਾਵਨਾ ਨਾਲ ਤੁਸੀਂ ਗਾਉਨੇ ਹੋ ਜਿਸ ਵਿਅਕਤੀ ਨੇ ਗੀਤ ਨੂੰ ਲਿਖਿਆ ਹੁੰਦਾ ਉਹਨੇ ਇੱਕ ਭਾਵਨਾ ਰਾਹੀਂ ਰੱਖਿਆ ਹੁੰਦਾ ਹੈ ਕਲਾਕਾਰ ਨੂੰ ਉਸ ਦੀ ਭਾਵਨਾ ਫੜਨੀ ਪੈਂਦੀ ਹੈ ਤਾਂ ਉਹ ਗੀਤ ਨਾਲ ਇਨਸਾਫ ਕਰ ਸਕਦਾ ਮੈਂ ਅਕਸਰ ਕਲਾਕਾਰ ਤੋਂ ਪਹਿਲਾਂ ਗੀਤ ਸੁਣਦਾ ਹੁੰਨਾ ਜਦੋਂ ਮੇਰੀ ਤਸੱਲੀ ਹੋ ਜਾਂਦੀ ਹੈ ਫਿਰ ਮੈਂ ਉਹਨੂੰ ਯੈਸ ਕਰਦਾ ਕਿ ਇਸ ਨੂੰ ਰਿਕਾਰਡ ਕਰਾਇਆ ਜਾਵੇ ਉਸ ਤੋਂ ਬਾਅਦ ਮੇਰਾ ਇਹ ਵੀ ਹੁੰਦਾ ਵੀ ਆਪ ਤਾਂ ਪੈਸੇ ਕੀ ਦੇਣੇ ਆ ਮੈਂ ਕਲਾਕਾਰ ਨੂੰ ਇਹ ਵੀ ਕਹਿਣਾ ਹੁੰਨਾ ਵੀ ਮੈਨੂੰ ਭਾਵੇਂ ਇਸ ਦੇ ਇਬਜ਼ਾਨੇ ਦੇ ਵਿੱਚ ਤੂੰ ਸਵਾ ਰੁਪਇਆ ਦੇ ਦੀ ਪਰੰਤੂ ਮੇਰੇ ਮਾਨਸਿਕ ਤੌਰ ਤੇ ਇਹ ਹੋਊਗਾ ਵੀ ਮੇਰੇ ਗੀਤ ਦਾ ਮੁੱਲ ਪਿਆ ਇਸ ਕਰਕੇ ਮੈਨੂੰ ਇਹ ਕਦੇ ਸ਼ਿਕਾਇਤ ਨਹੀਂ ਰਹੀ ਵੀ ਮੇਰੇ ਨਾਲ ਕਿਸੇ ਕਲਾਕਾਰ ਨੇ ਕੋਈ ਵਿਧیکی ਕੀਤੀ ਹੋਵੇ ਤੁਸੀਂ ਗੁਰਦਿਆਲ ਨਿਰਮਾਨ ਜੀ ਦਾ ਜ਼ਿਕਰ ਕੀਤਾ ਉਹ ਤੁਹਾਡੇ ਮਿੱਤਰ ਵੀ ਨੇ ਤੁਹਾਡੇ ਸ਼ਹਿਰ ਤੋਂ ਵੀ ਨੇ ਤੁਸੀਂ ਇੱਕ ਸਹਿਜ ਸਭਾ ਦੇ ਨਾਲ ਜੁੜੇ ਰਹੇ ਔਰ ਉਹਨਾਂ ਤੋਂ ਇਲਾਵਾ ਤੁਹਾਡੇ ਹੀ ਸ਼ਹਿਰ ਦੇ ਇੰਟਰਨੈਸ਼ਨਲ ਗਾਇਕ ਕਰਮਜੀਤ ਧੂਰੀ ਜੀ ਸੀਗੇ ਸੀਗੇ ਮੈਂ ਤਾਂ ਕਹਿ ਰਿਹਾ ਜੀ ਪਿਛਲੇ ਸਮੇਂ ਦੌਰਾਨ ਸਾਨੂੰ ਉਹ ਛੱਡ ਕੇ ਚਲੇ ਗਏ ਨੇ ਸਰੀਰਕ ਤੌਰ ਤੇ ਵਿੱਚ ਸਾਡੇ ਨਹੀਂ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਤੁਸੀਂ ਫਿਰ ਉਹਨਾਂ ਨਾਲ ਰਾਬਤਾ ਨਹੀਂ ਬਣਾਇਆ ਵੀ ਉਹ ਵੀ ਤੁਹਾਡੇ ਗੀਤ ਰਿਕਾਰਡ ਕਰਵਾਉਂਦੇ ਦੇਖੋ ਜੀ ਕਰਮਜੀਤ ਧੂਰੀ ਨਾਲ ਮੇਰਾ ਪੂਰਾ ਰਾਬਤਾ ਰਿਹਾ ਉਹ ਮੇਰੇ ਵਧੀਆ ਮਿੱਤਰ ਸੀਗੇ ਪ੍ਰੰਤੂ ਮੈਂ ਕਦੇ ਵੀ ਉਹਨਾਂ ਨੂੰ ਆਪਣਾ ਗੀਤ ਨਹੀਂ ਦਿੱਤਾ ਰਿਕਾਰਡ ਕਰਾਉਣ ਵਾਸਤੇ ਤੇ ਉਹ ਵੈਸੇ ਵਾਕਈ ਵਧੀਆ ਕਲਾਕਾਰ ਸੀਗੇ ਤੇ ਮੇਰੀ ਉਹਨਾਂ ਨਾਲ ਵਧੀਆ ਮਿੱਤਰਤਾ ਸੀ ਅਸੀਂ ਉਹਨਾਂ ਦੇ ਘਰ ਅਕਸਰ ਆਉਂਦੇ ਜਾਂਦੇ ਸੀ ਪਰੰਤੂ ਕੋਈ ਸਵਾਭ ਹੀ ਨਹੀਂ ਬਣਿਆ ਵੀ ਮੈਂ ਉਹਨਾਂ ਨੂੰ ਕਦੇ ਕੋਈ ਗੀਤ ਦਿੱਤਾ ਹੋਵੇ ਨਾ ਤੁਸੀਂ ਉਹਨਾਂ ਦਾ ਕੋਈ ਜ਼ਿਕਰ ਕੀਤਾ ਗੀਤ ਬਾਰੇ ਕਦੀ ਵੀ ਮੇਰਾ ਗੀਤ ਰਿਕਾਰਡ ਕਰਾਓ ਨਾ ਉਹਨਾਂ ਨੇ ਇਹ ਸਵਾਭ ਹੀ ਨਹੀਂ ਬਣਿਆ ਤੇ ਵੈਸੇ ਤੁਸੀਂ ਵਿਚਰਦੇ ਰਹੇ ਆ ਤੁਹਾਡੀਆਂ ਹੁਣ ਤੱਕ ਕਿੰਨੀਆਂ ਜਿਹੜੀਆਂ ਪੁਸਤਕਾਂ ਨੇ ਹੋ ਆ ਚੁੱਕੇ ਨੇ ਜੀ ਉਹਨਾਂ ਬਾਰੇ ਜਰਾ ਸਾਨੂੰ ਦੱਸੋ ਹਾਂ ਜਿਵੇਂ ਕਿ ਹੁੰਦਲ ਸਾਹਿਬ ਨੇ ਜ਼ਿਕਰ ਕੀਤਾ ਪੰਜਾਬੀ ਸਾਹਿਤ ਸਭਾ ਧੂਰੀ ਦਾ ਮੈਂ ਗੀਤਾਂ ਤੋਂ ਇਲਾਵਾ ਪੰਜਾਬੀ ਸਾਹਿਤ ਨਾਲ ਵੀ ਜੁੜਿਆ ਹੋਇਆ ਕਿਉਂਕਿ ਮੈਂ ਕਿੱਤੇ ਦੇ ਤੌਰ ਤੇ ਅਧਿਆਪਕ ਰਹਾ ਅਧਿਆਪਕਾਂ ਦਾ ਸਬੰਧ ਪੜਨ ਲਿਖਣ ਨਾਲ ਜ਼ਿਆਦਾ ਹੁੰਦਾ ਹੈ ਸਕੂਲ ਦੇ ਵਿੱਚ ਵੀ ਮੈਂ ਅਕਸਰ ਲਾਇਬ੍ਰੇਰੀ ਦਾ ਇੰਚਾਰਜ ਬਣਦਾ ਰਿਹਾ। ਉੱਥੇ ਮੈਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਤੇ ਮੈਂ ਵਿਦਿਆਰਥੀਆਂ ਨੂੰ ਵੀ ਆਪਣੇ ਨਾਲ ਦੇ ਸਾਥੀ ਅਧਿਆਪਕਾਂ ਨੂੰ ਵੀ ਪੜ੍ਹਨ ਲਿਖਣ ਦੀ ਛੇਟ ਕਲਾਉਂਦਾ ਰਿਹਾ। ਮੈਂ ਗੀਤਾਂ ਤੋਂ ਇਲਾਵਾ ਕਵਿਤਾਵਾਂ, ਗਜ਼ਲਾਂ, ਕਹਾਣੀਆਂ, ਮਿੰਨੀ ਕਹਾਣੀਆਂ, ਕਾਵ ਟੁਕੜੀਆਂ ਵੀ ਲਿਖੀਆਂ ਨੇ। ਜਿੱਥੋਂ ਤੱਕ ਕਿਤਾਬਾਂ ਛਪਣ ਦੀ ਗੱਲ ਹੈ ਨੈਰੋਲ ਮੇਰੀ ਆਪਣੀ ਤਾਂ ਇੱਕੋ ਕਿਤਾਬ ਛਪੀ ਹੈ ਪੱਥਰ ਤੇ ਲਕੀਰਾਂ ਇਹ ਮੇਰੇ ਕੋਲ ਹੈ ਪੱਥਰ ਤੇ ਲਕੀਰਾਂ ਜੋ 2014 ਦੇ ਵਿੱਚ ਛਪੀ ਸੀ ਇਹਦੇ ਵਿੱਚ ਕਾਬ ਟੁਕੜੀਆਂ ਨੇ ਲਗਭਗ 300 ਤੋਂ ਉੱਪਰ ਕਵਤਾਵਾਂ ਨੇ 4-4 ਲੇਨਾਂ ਦੀਆਂ ਜਿਹਦੇ ਵਿੱਚ ਮੈਂ ਸੱਭਿਆਚਾਰ ਦੇ ਸੱਭਿਆਚਾਰ ਦੀ ਇੱਕ ਬੰਨ ਗਈ ਜੋ ਲੋਕ ਤੱਥ ਹੁੰਦੇ ਨੇ ਵੱਖੋ ਵੱਖ ਲੋਕ ਤੱਥਾਂ ਨੂੰ ਕਵਤਾਵਾਂ ਦੇ ਰੂਪ ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਿਤਾਬ ਦੀ ਕਾਫੀ ਚਰਚਾ ਹੋਈ ਹੈ ਇਸ ਕਿਤਾਬ ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਜ਼ਿਲ੍ਹਾ ਲੁਧਿਆਣਾ ਨੇ 2015 ਦੇ ਵਿੱਚ ਵਧੀਆ ਸਰਵੋਤਮ ਕਿਤਾਬ ਦਾ ਅਵਾਰਡ ਵੀ ਦਿੱਤਾ ਹੈ ਇਸ ਤੋਂ ਇਲਾਵਾ ਅਸੀਂ ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਪੰਜ ਕਿਤਾਬਾਂ ਸੰਪਾਦਿਤ ਕੀਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਕਿਤਾਬਾਂ ਦਾ ਤਾਂ ਮੈਂ ਸੰਪਾਦਿਤ ਵੀ ਰਿਹਾ ਹਾਂ ਪਿਛਲੇ ਸਾਲ ਹੀ ਸਾਡੀ ਇੱਕ ਕਿਤਾਬ ਆਈ ਸੀ ਚੰਨ ਸtare ਜੁਗ ਨੂੰ ਜਿਹਦਾ ਮੈਂ ਹੀ ਸੰਪਾਦਕ ਹਾਂ ਸਹਾਇਕ ਸੰਪਾਦਕ ਗੁਰਦਿਆਲ ਨਰਮਨ ਨੇ ਜੋ ਸਾਡੀ ਪੰਜਾਬੀ ਸਾਹਿਤ ਸਭਾ ਧੂਰੀ ਦੇ ਜਰਨਲਿਸਟ ਕਤਰ ਨੇ ਇਹਦੇ ਵਿੱਚ ਪੰਜਾਬੀ ਸਾਹਿਤ ਸਭਾ ਧੂਰੀ ਦੇ ਸਮੁੱਚੇ ਮੈਂਬਰਾਂ ਦੀਆਂ ਤਿੰਨ-ਤਿੰਨ ਰਚਨਾਵਾਂ ਸ਼ਾਮਲ ਕਰਕੇ ਅਸੀਂ ਇਹ ਕਿਤਾਬ ਛਾਪੀ ਹੈ ਇੱਕ ਹੋਰ ਕਿਤਾਬ ਹੈ ਗੀਤਾਂ ਭਰੀ ਚੰਗੇਰ ਜੋ ਪੰਜਾਬੀ ਸਹਿਸਵਾ ਦੇ ਧੂਰੀ ਦੇ ਮੈਂਬਰਾਂ ਵੱਲੋਂ ਛਾਪੀ ਗਈ ਹੈ ਇੱਕ ਕਿਤਾਬ ਆਪਣੇ ਆਪਣੇ ਬੋਲ ਇੱਕ ਕਿਤਾਬ ਨਵੇਂ ਮਲਾ ਇੱਕ ਕਿਤਾਬ ਨਮੀਆਂ ਗੁੱਡੀਆਂ ਨਵੇਂ ਪਟੋਲੇ ਕਹਾਣੀ ਸੰਗ੍ਰਹਿ ਅਸੀਂ ਹੁਣ ਤੱਕ ਛਾਪ ਚੁੱਕੇ ਹਾਂ ਇਸ ਤੋਂ ਇਲਾਵਾ ਮੇਰੀਆਂ ਰਚਨਾਵਾਂ ਵੱਖੋ-ਵੱਖ ਅਖਬਾਰਾਂ ਰਸਾਲਿਆਂ ਦੇ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਨੇ ਮੈਂ ਰੇਡੀਓ ਸਟੇਸ਼ਨ ਪਟਿਆਲਾ ਤੇ ਰੇਡੀਓ ਸਟੇਸ਼ਨ ਜਲੰਧਰ ਤੋਂ ਆਪਣੀਆਂ ਰਚਨਾਵਾਂ ਪੇਸ਼ ਕਰ ਚੁੱਕਾ ਹਾਂ ਦੂਰਦਰਸ਼ਨ ਕੇਂਦਰ ਦੇ ਕਵੀ ਦਰਬਾਰ ਵਿੱਚ ਹਿੱਸਾ ਲੈ ਚੁੱਕਾ ਹਾਂ ਦੂਰਦਰਸ਼ਨ ਕੇਂਦਰ ਦੇ ਡੀਡੀ ਪੰਜਾਬੀ ਜਲੰਧਰ ਤੋਂ ਇੱਕ ਪ੍ਰੋਗਰਾਮ ਆਉਂਦਾ ਹੈ ਗੱਲਾਂ ਤੇ ਗੀਤ ਉਸ ਦੇ ਵਿੱਚ ਮੈਂ ਮਹਿਮਾਨ ਦੇ ਤੌਰ ਤੇ 40 ਮਿੰਟ ਦਾ ਪ੍ਰੋਗਰਾਮ ਪੇਸ਼ ਕਰ ਚੁੱਕਾ ਹਾਂ ਜਿਸ ਦਾ ਵਿਸ਼ਾ ਸੀ ਵਿਦਿਆਰਥੀਆਂ ਵਿੱਚ ਨੈਤਿਕ ਸਿੱਖਿਆ ਦੀ ਲੋੜ ਸ਼ਰਮਾ ਜੀ ਦੁਗਾਣੇ ਰਚੇ ਤੁਸੀਂ ਤੁਹਾਡੇ ਗੀਤ ਪਾਪੂਲਰ ਹੋਏ ਵੱਡੇ ਗਾਇਕਾਂ ਦੀਆਂ ਆਵਾਜ਼ਾਂ ਦੇ ਵਿੱਚ ਸੋਲੋ ਗੀਤ ਰਚੇ ਕਦੀ ਕੋਈ ਛਿਕਵਾ ਆ ਕਿਸੇ ਗੀਤ ਨਾਲ ਕੋਈ ਉਸ ਸਮੇਂ ਦੇ ਲਿਹਾਜ ਨਾਲ ਲਿਖਿਆ ਗਿਆ ਹੋਵੇ ਵੀ ਇਹ ਅੱਜ ਤੁਹਾਨੂੰ ਪਛਤਾਵਾ ਹੋਵੇ ਵੀ ਇਹ ਨਾਂ ਵੀ ਰਚਿਆ ਜਾਂਦਾ ਜਾਂ ਨਾਂ ਵੀ ਲਿਖਿਆ ਜਾਂਦਾ ਜੇ ਨਾਂ ਵੀ ਰਿਕਾਰਡ ਹੁੰਦਾ ਤਾਂ ਕੋਈ ਗੱਲ ਨਹੀਂ ਸੀ ਸਰ ਜਾਣਾ ਸੀ ਬਿਲਕੁਲ ਨਹੀਂ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਮੈਂ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਪੈਦਾ ਹੋਇਆ ਫਿਰ ਮੈਂ ਅਧਿਆਪਕ ਦੇ ਤੌਰ ਤੇ ਕੰਮ ਕਰਦਾ ਰਿਹਾ ਸਾਹਿਤ ਨਾਲ ਜੁੜਿਆ ਹੋਇਆ ਮੈਨੂੰ ਮੇਰੀਆਂ ਜ਼ਿੰਮੇਵਾਰੀਆਂ ਦਾ ਬਾਖੂਬੀ ਪਤਾ ਸੀ ਮੈਂ ਕਦੇ ਵੀ ਗੀਤਾ ਕੀ ਇੱਕ ਲਾਈਨ ਵੀ ਅਜਿਹੀ ਨਹੀਂ ਲਿਖੀ ਆਪਣੀ ਜ਼ਿੰਦਗੀ 'ਚ ਜਿਹਦੇ ਤੇ ਕਦੇ ਪਛਤਾਵਾ ਹੋਰੇ ਹੋਵੇ ਜਾਂ ਕੋਈ ਬੰਦਾ ਉਂਗਲ ਉਠਾ ਸਕਦਾ ਹੋਵੇ ਤੇ ਸਗੋਂ ਮੈਂ ਸਾਹਿਤਕ ਗੀਤ ਜਿਹੜੇ ਪਰਿਵਾਰ ਦੇ ਵਿੱਚ ਹੀ ਬੈਠ ਕੇ ਨਹੀਂ ਸਾਹਿਤ ਸੁਭਾਵਾਂ ਦੀਆਂ ਸਮਾਗਮਾਂ ਦੇ ਉੱਤੇ ਖੜ ਕੇ ਗਾਏ ਜਾ ਸਕਦੇ ਨੇ ਜੇ ਤੁਸੀਂ ਆਖੋ ਮੈਂ ਇੱਕ ਦੋ ਬੋਲ ਤੁਹਾਨੂੰ ਇੱਕ ਨਵੇਂ ਗੀਤ ਦੇ ਸੁਣਾਵਾਂ ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ ਕਿ ਅੱਜ ਕੱਲ ਮੈਂ ਕਿਹੋ ਜਿਹਾ ਗੀਤ ਲਿਖਦਾ ਹਾਂ ਯਾਰੋ ਮੈਂ ਇੱਕ ਜੱਗ ਦਾ دیਵਾ ਹਾਂ ਚਾਨਣ ਦੇ ਇਸ਼ਕ ਵਿੱਚ ਖੀਵਾ ਹਾਂ ਮੈਂ ਇੱਕ ਜਗ ਦਾ ਦੀਵਾ ਹਾਂ ਚਾਨਣ ਦੇ ਸ਼ਿਕ ਵਿੱਚ ਖੀਵਾ ਹਾਂ ਜੇਕਰ ਤੇਲ ਮੁਕਣ ਨਾ ਦੇਵੋਗੇ ਤੇਲ ਮੁਕਣ ਨਾ ਦੇਵੋਗੇ ਮੈਂ ਨਹੀਂ ਹਰਾਗਾ ਜਦੋਂ ਸੂਰਜ ਡੁੱਬਿਆ ਉਹਦੀ ਘਾਟ ਨੂੰ ਪੂਰਾ ਕਰਾਂਗਾ ਉਹ ਜਦੋਂ ਸੂਰਜ ਡੁੱਬਿਆ ਉਹਦੀ ਘਾਟ ਨੂੰ ਪੂਰਾ ਕਰਾਂਗਾ ਯਾਰੋ ਮੈਂ ਇੱਕ ਜੱਗ ਦਾ ਦੀਵਾ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਰਚਨਾ ਸ਼ਰਮਾ ਜੀ ਤੁਹਾਡੀ ਇਹ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਕਾਮਨਾ ਕਰਦੇ ਹਾਂ ਇਹ ਜਿਹੜੀ ਲੋ ਆ ਤੁਹਾਡੀ ਸਾਇਤ ਦੀ ਲੋ ਆ ਇਹ ਸਦੀਆਂ ਤੱਕ ਸਾਡੇ ਪੰਜਾਬੀ ਮਾਣਦੇ ਰਹਣ ਇਸੇ ਤਰ੍ਹਾਂ ਤੁਸੀਂ ਰਚਦੇ ਰਹੋ ਤੇ ਅੱਜ ਕੱਲ ਸਾਡੀ ਮਾਂ ਬੋਲੀ ਨੂੰ ਸ਼ਰਮਾ ਜੀ ਜਿਹੜਾ ਉਹ ਬੜੀਆਂ ਆਲੇ ਦੁਆਲੇੋਂ ਟਿੱਪਣੀਆਂ ਖਬਰਾਂ ਕਈ ਕੁਝ ਉਹ ਮੁੱਦੇ ਨੂੰ ਲੈ ਕੇ ਜਿਹੜਾ ਭਖਿਆ ਹੋਇਆ ਸਾਡਾ ਆਲਾ ਦੁਆਲਾ ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਸਾਡੀ ਮਾਂ ਬੋਲੀ ਨੂੰ ਕੀ ਕੀ ਚੁਣੌਤੀਆਂ ਭਵਿੱਖ ਦੇ ਵਿੱਚ ਜਾਂ ਅਗਦੇ ਜ਼ਮਾਨੇ ਦੇ ਵਿੱਚ ਇਹਦੇ ਬਾਰੇ ਜ਼ਿਕਰ ਕਰੋ ਜਰਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਚੁਣੌਤੀਆਂ ਨੇ ਜਿਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਸਮੇਂ ਦੀਆਂ ਸਰਕਾਰਾਂ ਵੱਲੋਂ ਆ ਜਿਨ੍ਹਾਂ ਨੇ ਇਸ ਨੂੰ ਨਾ ਤਾਂ ਰੁਜ਼ਗਾਰ ਦੀ ਭਾਸ਼ਾ ਬਣਨ ਦਿੱਤਾ ਨਾ ਵਪਾਰ ਦੀ ਭਾਸ਼ਾ ਬਣਨ ਦਿੱਤਾ ਜਿੱਨਾਂ ਚ ਰੁਜ਼ਗਾਰ ਕੋਈ ਵੀ ਭਾਸ਼ਾ ਜਿੱਨਾਂ ਚ ਰੁਜ਼ਗਾਰ ਦੀ ਭਾਸ਼ਾ ਨਹੀਂ ਹੋਵੇਗੀ ਉਹਨਾਂ ਚ ਰੋ ਪ੍ਰਫੁੱਲਤ ਨਹੀਂ ਹੋ ਸਕਦੇ ਜਦੋਂ ਪੜਨ ਵਾਲਿਆਂ ਨੂੰ ਪਤਾ ਲੱਗੂਗਾ ਕਿ ਇਸ ਭਾਸ਼ਾ ਨੂੰ ਪੜਨ ਤੋਂ ਬਾਅਦ ਮੈਨੂੰ ਰੋਜ਼ਗਾਰ ਮਿਲੂਗਾ ਉਦੋਂ ਜਾਊਗਾ ਇਹੀ ਇੱਕ ਕਾਰਨ ਹੈ ਅੰਗਰੇਜ਼ੀ ਸਕੂਲਾਂ ਦਾ ਪ੍ਰਚਲਿਤ ਹੋਣਾ ਤੇ ਜੇ ਸਾਡੀਆਂ ਸਰਕਾਰਾਂ ਸੁਚੇਤ ਹੁੰਦੀਆਂ ਇਸ ਨੂੰ ਵਪਾਰ ਦੀ ਭਾਸ਼ਾ ਰੋਜ਼ਗਾਰ ਦੀ ਭਾਸ਼ਾ ਬਣਾਉਂਦੀਆਂ ਲੋਕਾਂ ਦੀ ਲੋੜ ਹੁੰਦੀ ਕਿ ਜੇ ਅਸੀਂ ਪੰਜਾਬੀ ਨੂੰ ਵੱਧ ਤੋਂ ਵੱਧ ਪੜਾਂਗੇ ਵੱਧ ਤੋਂ ਵੱਧ ਗਿਆਨ ਹਾਸਲ ਕਰਾਂਗੇ ਤਾਂ ਸਾਨੂੰ ਚੰਗੀ ਨੌਕਰੀ ਮਿਲੂਗੀ ਤਾਂ ਕੋਈ ਵਜ੍ਹਾ ਨਹੀਂ ਲੋਕ ਪੰਜਾਬੀ ਨੂੰ ਨਾ ਪਿਆਰ ਕਰਦੇ ਨਾ ਸਤਿਕਾਰ ਕਰਦੇ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਬਿਲਕੁਲ ਹੀ ਇਗਨੋਰ ਕੀਤਾ ਇੱਕ ਮੈਂ ਉਦਾਹਰਨ ਦੇਣੀ ਚਾਹਣਾ ਭਾਵੇਂ ਪਹਿਲਾਂ ਵੀ ਪੰਜਾਬੀ ਭਾਸ਼ਾ ਐਕਟ ਬਣਿਆ ਹੋਇਆ ਸੀ 2008 ਦੇ ਵਿੱਚ ਜਦੋਂ ਬਾਦਲ ਸਰਕਾਰ ਸੀ ਉਹਨਾਂ ਨੇ ਪੰਜਾਬੀ ਭਾਸ਼ਾ ਐਕਟ ਬਣਾਇਆ ਤੁਸੀਂ ਹੈਰਾਨ ਹੋਵੋਗੇ ਵੀ 2008 ਦਾ ਬਣਿਆ ਹੋਇਆ ਐਕਟ 2019 ਤੱਕ ਅਜੇ ਵੀ ਉਹ ਲਾਗੂ ਨਹੀਂ ਹੋਇਆ ਹੁਣ ਵਾਲੀਆਂ ਸਰਕਾਰਾਂ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ ਜਿਹਦਾ ਮੁੱਖ ਮੰਤਰੀ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਅੰਗਰੇਜ਼ੀ ਚ ਸੌਂ ਚੁੱਕਦਾ ਹੈ ਤੇ ਕੇਂਦਰ ਦੀਆਂ ਸੁਭਾਵਾਂ ਕੇਂਦਰ ਦੀਆਂ ਸਰਕਾਰਾਂ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਸਾਰੇ ਰਾਸ਼ਟਰ ਦੀ ਇੱਕੋ ਹੀ ਭਾਸ਼ਾ ਹੋਣੀ ਚਾਹੀਦੀ ਹੈ ਜਿਹੜੇ ਦੇਸ਼ਾਂ ਦੀਆਂ ਉਦਾਹਰਣਾਂ ਦਿੰਦੇ ਨੇ ਉੱਥੇ ਪਛਾਵਾ ਹੀ ਇੱਕ ਨੇ ਉੱਥੇ ਸੱਭਿਆਚਾਰੀ ਇੱਕ ਹੈ ਉੱਥੇ ਲੋਕ ਹੀ ਇੱਕ ਖਿੱਤੇ ਦੇ ਵਸਦੇ ਨੇ ਸਾਡਾ ਜਿਹੜਾ ਦੇਸ਼ ਹੈ ਉਹ ਵੱਖੋ ਵੱਖ ਪਛਾਵਾਂ ਦਾ ਦੇਸ਼ ਹੈ ਇੱਥੇ ਸਾਰੀਆਂ ਪਛਾਵਾਂ ਨੂੰ ਓਨੀ ਹੀ ਮਾਨਤਾ ਦੇਣੀ ਪਵੇਗੀ ਤਾਂ ਸਾਡਾ ਦੇਸ਼ ਤਰੱਕੀ ਕਰ ਸਕਦਾ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਔਰ ਉਹਦੇ ਬਚਾ ਲਈ ਤੁਹਾਡੇ ਵਰਗੀਆਂ ਸਹਿਸਭਾਵਾਂ ਜੜੀਆਂ ਔਰ ਕੁਝ ਜਥੇਬੰਦੀਆਂ ਕੁਝ ਸੰਸਥਾਵਾਂ ਹੀ ਹੰਬੜਾ ਮਾਰ ਰਹੀਆਂ ਬਾਕੀ ਸਰਕਾਰੀ ਪਦਰ ਤੇ ਜਾਂ ਕੁਝ ਹੋਰ ਆਪਾਂ ਕਹਿ ਲਈਏ ਪ੍ਰਸ਼ਾਸਨਿਕ ਪਦਰ ਤੇ ਉਹ ਕੋਈ ਇਦਾਂ ਦੇ ਯਤਨ ਨਹੀਂ ਕੀਤੇ ਜਾ ਰਹੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜੇ ਲੋਕ ਤਤਪਰ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਉਹਦੇ ਪ੍ਰਚਾਰ ਪ੍ਰਸਾਰ ਲਈ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਦੀ ਤਾਂ ਹੈ ਪਰ ਉਹਨਾਂ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਸੋ ਅਸੀਂ ਵੀ ਆਸ ਕਰਦੇ ਹਾਂ ਵੀ ਇਹ ਮਸਲਾ ਜਿਹੜਾ ਸਾਡਾ ਮਾਂ ਬੋਲੀ ਦਾ ਇਹ ਜਿਹੜੇ ਪੱਧਰ ਤੇ ਸਾਡੇ ਬੁੱਧੀਜੀਵੀ ਸਾਡੇ ਪੰਜਾਬੀ ਚਾਹੁੰਦੇ ਨੇ ਉਸ ਪੱਧਰ ਤੇ ਹੱਲ ਹੋਣਾ ਚਾਹੀਦਾ ਸੋ ਦਰਸ਼ਕੋ ਮੇਰਾ ਖਿਆਲ ਆ ਅੱਜ ਦੀ ਇਹ ਗੱਲਬਾਤ ਮੂਲਚੰਦ ਸ਼ਰਮਾ ਜੀ ਹੋਰਾਂ ਨਾਲ ਤੁਹਾਨੂੰ ਪਸੰਦ ਆਏਗੀ ਜਦ ਤੱਕ ਅਸੀਂ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਹੁੰਨੇ ਆ ਉਦੋਂ ਤੱਕ ਮੈਨੂੰ ਦਿਲਬਖ ਸਿੰਘ ਹੁੰਦਲ ਨੂੰ ਸਾਡੇ ਮਿੱਤਰ ਕੁਲਵਿੰਦਰ ਸਿੰਘ ਦਿਓਲ ਮੁਲਚੰਦ ਸ਼ਰਮਾ ਜੀ ਸਾਡੇ ਸਹਾਇਕ ਗੁਰਦੇਵ ਸਿੰਘ ਪੱਪਾ ਜੀ ਨੂੰ ਆਗਿਆ ਦਿਓ ਸ਼ੁਕਰੀਆ ਮਿਹਰਬਾਨੀ